ਹਾਂਜੀ ਦੋਸਤੋ, ਵੈਲਕਮ ਕਰਦੇ ਹਾਂ ਤੁਹਾਡਾ ਸਾਡੇ ਪੰਜਾਬ ਜੋਬ ਸਰਚ ਯੂਟਿਊਬ ਚੈਨਲ ਵਿੱਚ। ਅੱਜ ਵਾਲੀ ਵੀਡੀਓ ਵਿੱਚ ਔਰਤਾਂ ਦੇ ਫਰੀ ਬੱਸ ਸਫ਼ਰ ਤੋਂ ਬਾਅਦ ਹੁਣ ਮਰਦਾਂ ਲਈ ਵੀ ਹੋਇਆ ਬੱਸਾਂ ਵਿੱਚ ਫਰੀ ਸਫ਼ਰ ਸ਼ੁਰੂ। ਕੀ ਕਰਨਾ ਪਵੇਗਾ, ਕਿਹੜੇ ਮਰਦਾਂ ਵਾਸਤੇ ਫਰੀ ਸਫ਼ਰ ਹੋਇਆ, ਕਿਹੜੀ ਸਰਕਾਰ ਨੇ ਕੀਤਾ, ਅਗਰ ਤੁਸੀਂ ਵੀ ਇਹਦੇ ਬਾਰੇ ਪੂਰੀ ਸਹੀ ਅਤੇ ਸਟੀਕ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕੁਐਸਟ ਆ, ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਕਿਉਂਕਿ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਆਂ ਨਵੀਆਂ ਸਰਕਾਰੀ ਨੌਕਰੀਆਂ, ਸਰਕਾਰੀ ਸਹੂਲਤਾਂ ਦੀ ਸਹੀ ਅਤੇ ਸਟੀਕ ਜਾਣਕਾਰੀ ਲੈ ਕੇ ਆਉਂਦੇ ਰਹਿੰਦੇ ਹਾਂ। ਤੁਸੀਂ ਸਾਡੇ ਵਟਸਐਪ ਟੈਲੀਗ੍ਰਾਮ ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ। ਚਲੋ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਅੱਜ ਦੀ ਮੇਨ ਅਪਡੇਟ ਦੇ ਉੱਪਰ। ਹਾਂਜੀ ਦੋਸਤੋ, ਆਪਾਂ ਵੀ ਅਪਡੇਟ ਦੇ ਉੱਪਰ ਆ ਚੁੱਕੇ ਹਾਂ। ਹੁਣ ਪੰਜਾਬ ਤੋਂ ਬਾਅਦ ਹਰਿਆਣਾ ਦੇ ਵਿੱਚ ਵੀ ਮੁਫ਼ਤ ਸਫ਼ਰ ਦੀ ਜਿਹੜੀ ਸ਼ੁਰੂਆਤ ਕਰ ਦਿੱਤੀ ਗਈ ਹੈ। ਹੁਣ ਹਰਿਆਣਾ ਸਰਕਾਰ ਦੇ ਵੱਲੋਂ ਇੱਕ ਹੈਪੀ ਕਾਰਡ ਬਣਾਇਆ ਜਾਵੇਗਾ। ਜਿਹੜੇ ਉਮੀਦਵਾਰਾਂ ਕੋਲ ਹੈਪੀ ਕਾਰਡ ਹੋਵੇਗਾ, ਉਹਨਾਂ ਉਮੀਦਵਾਰਾਂ ਨੂੰ ਜਿਹੜਾ ਫਰੀ ਬੱਸ ਸਰਵਿਸ ਦਾ ਲਾਭ ਲੈ ਸਕਣਗੇ। ਉਹਨਾਂ ਵੱਲੋਂ ਕਿਹਾ ਗਿਆ ਕਿ ਪ੍ਰਦੇਸ਼ ਦੇ ਵਿੱਚ 22 ਲੱਖ ਪਰਿਵਾਰਾਂ ਦੇ ਕਰੀਬ 84 ਲੱਖ ਲੋਕਾਂ ਨੂੰ ਜਿਹੜਾ ਇਹਦਾ ਲਾਭ ਮਿਲੇਗਾ। ਅਗਰ ਤੁਸੀਂ ਵੀ ਹਰਿਆਣਾ ਦੇ ਰਹਿਣ ਵਾਲੇ ਹੋ, ਤੁਸੀਂ ਵੀ ਜਿਹੜਾ ਹੈਪੀ ਕਾਰਡ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਕੈਨ ਕੋਡ ਦੇਖ ਸਕਦੇ ਹੋ। ਕੋਡ ਦੇ ਉੱਪਰ ਸਕੈਨ ਕਰਕੇ ਤੁਸੀਂ ਜਿਹੜਾ ਫਰੀ ਬੱਸ ਸਰਵਿਸ ਦਾ ਆਨੰਦ ਲੈ ਸਕਦੇ ਹੋ। ਹੁਣ ਹਰਿਆਣਾ ਦੇ ਵਿੱਚ ਔਰਤਾਂ ਅਤੇ ਮਰਦਾਂ ਦੋਨਾਂ ਵਾਸਤੇ ਫਰੀ ਬੱਸ ਸਰਵਿਸ ਸ਼ੁਰੂ ਹੋ ਚੁੱਕਿਆ। ਬਾਕੀ ਤੁਹਾਨੂੰ ਹਰਿਆਣਾ ਸਰਕਾਰ ਦੇ ਵੱਲੋਂ ਲਿਆ ਗਿਆ ਨਵਾਂ ਫੈਸਲਾ ਕਿਵੇਂ ਲੱਗਿਆ, ਆਪੋ ਆਪਣੇ ਸੁਝਾਅ ਜ਼ਰੂਰ ਦਿਓ। ਬਾਕੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ, ਸਰਕਾਰੀ ਸਹੂਲਤਾਂ ਦੀ ਜਾਣਕਾਰੀ ਪਹਿਲਾਂ ਫਰੀ ਅਤੇ ਸਮੇਂ ਸਿਰ ਲੈਣ ਵਾਸਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਬਾਏ ਬਾਏ। ਜੈ ਹਿੰਦ।